ਫਿਰ ਆਪ ਹੁਣ ਬਿਗ ਬਾਸ ਦੇ ਵਿੱਚ ਗਿਆ ਹੋਣਾ ਜਿਹੜਾ ਲਾਈਵ ਨਹੀਂ ਹੋਇਆ ਇੰਨੇ ਦਿਨਾਂ ਤੋਂ। ਮੈਂ ਹਜ਼ਾਰੇ ਵਾਂਗੂ ਜੰਤਰ ਮੰਤਰ 'ਚ ਦਿੱਲੀ ਧਰਨਾ ਲਾਉਣਾ, ਮਨਜ਼ੂਰ ਤੈਨੂੰ ਬਿਗ ਬਾਸ 'ਚ ਭੇਜੂ। ਮੱਛੀ ਵਾਲੇ ਤਾਂ ਭੋਗ ਪੈ ਚੁੱਕੇ ਆ, ਰੁੱਤ ਜੱਟਾਂ ਦੀ ਇਹ ਚੱਲਦੀ ਆ ਸਿਰ ਖੁਰਕਣ ਦੀ ਵੇਲ। ਡਰ ਗਿਆ ਭੱਜ ਗਿਆ ਮੱਸੀ ਵਾਲਾ, ਤਾਂ ਆ ਗਿਆ ਮੈਂ ਤਾਂ ਫੇਸਬੁੱਕ ਦੀ। ਜਿਹੜੀ ਸਰੀਆਂ ਵਾਲੀ ਕੁੜੀ ਆ ਕੈਨੇਡਾ ਤੋਂ ਸੈਮੀ ਧਾਲੀਵਾਲ ਆ, ਪਹਿਲੀ ਗੱਲ ਤਾਂ ਹੁਣ ਤੁਸੀਂ ਮੈਨੂੰ ਇਹ ਕਹਿੰਦੇ ਰਹਿੰਦੇ ਹੋ ਯਾਰ ਵੀ ਰੰਧਾਵਾ ਮਸ਼ਹੂਰ ਹੋਣ ਵਾਸਤੇ ਬੋਲਦਾ ਗਾ, ਮੈਨੂੰ ਨਾ ਤਾਂ ਫੇਸਬੁੱਕ ਪੈਸੇ ਦਿੰਦੀ ਆ ਤੇ ਨਾ ਹੀ ਮੈਂ ਮਸ਼ਹੂਰ ਹੋਣ ਵਾਸਤੇ ਬੋਲਦਾ, ਕਿਉਂਕਿ ਤੁਸੀਂ ਮੈਨੂੰ ਮਸ਼ਹੂਰ ਹੀ ਇੰਨਾ ਕਰਤਾ। ਕੱਲਾ ਕੱਲਾ ਤਾਂ ਮੈਨੂੰ ਬੰਦਾ ਜਾਣਦਾ ਪੰਜਾਬ ਦਾ, ਪੰਜਾਬੀ ਸਿਨੇਮਾ 'ਚ ਮੇਰੀਆਂ ਦੂਜੀ ਫਿਲਮ ਆ ਰਹੀ ਆ, ਪਹਿਲੀ ਨਿੱਕਾ ਜੈਲਦਾਰ 3 ਆ ਕੇ ਹਟੀ ਆ, ਹੁਣ ਨਿੰਜੇ ਵਾਲੀ ਆ ਰਹੀ ਆ, ਤੁਸੀਂ ਮੈਨੂੰ ਇੰਨਾ ਜ਼ਿਆਦਾ ਮਸ਼ਹੂਰ ਕਰਤਾ ਪੰਜਾਬੀ ਸਿਨੇਮੇ 'ਚ ਵਾੜਤਾ, ਕੱਲਾ ਕੱਲਾ ਮੈਨੂੰ ਬੰਦਾ ਜਾਣਦਾ ਪੰਜਾਬ ਦਾ, ਕੈਨੇਡਾ ਅਮਰੀਕਾ ਸਾਰੇ ਮੈਨੂੰ ਲੋਕ ਜਾਣਦੇ ਆ, ਮੈਂ ਮਸ਼ਹੂਰ ਹੋਣ ਦਾ ਮਾਰਾ ਕਿਉਂ ਬੋਲੂ ਯਾਰ। ਮੈਂ ਤਾਂ ਹੁਣ ਭਰਾਵਾ ਬੋਲਣੀ ਆ, ਮੁੱਦੇ ਵੀ ਚੱਕਣੇ ਆ, ਬਾਕੀ ਜੇ ਹੁਣ ਮੇਰੀ ਗੱਲ ਸੁਣ ਲਓ, ਤੁਹਾਨੂੰ ਗਵਾਂਢੀ ਤੁਹਾਡੇ ਬਾਹਰ 'ਚ ਆ ਕੇ ਟੰਬਾ ਮਾਰੇ, ਗਵਾਂਢੀ ਤੁਹਾਡੇ ਬਾਹਰ 'ਚ ਆ ਕੇ ਟੰਬਾ ਮਾਰੇ, ਗਾਲਾਂ ਕੱਢੇ ਤੁਹਾਨੂੰ, ਤੁਸੀਂ ਬੋਲੋਗੀ ਇਹ ਕੁੜੀ ਜਿਹੜੀ ਸੈਮੀ ਧਾਲੀਵਾਲ ਹੈ ਰੋਜ਼ ਮੇਰੇ 'ਤੇ ਵੀਡੀਓ ਪਾਉਂਦੇ, ਤੂੰ ਮੱਸੀ ਵਾਲਾ ਤੂੰ ਆਏ ਆ ਜਾਂ। ਹੁਣ ਮੈਂ ਇੱਕ ਕੁੜੀ ਨੂੰ ਕਹਿਣਾ ਚਾਹੁੰਦਾ ਗਾ ਵੀ ਬੀਬਾ ਗੱਲ ਸੁਣ ਲਾ, ਇੱਕ ਪਹਿਲਾਂ ਤੂੰ ਕਹਿੰਦੀ ਵੀ ਫੇਸਬੁੱਕ ਤੋਂ ਉੱਡ ਗਿਆ, ਇਹਦਾ ਭੋਗ ਪੈ ਗਿਆ, ਐਂ ਹੋ ਗਿਆ, ਜਾਹ ਹੋ ਗਿਆ, ਠੀਕ ਹੈ, ਤੂੰ ਕਹਿੰਦੀ ਵੀ ਇਹਦਾ ਭੋਗ ਪੈ ਗਿਆ, ਫੇਸਬੁੱਕ ਤੋਂ ਭੱਜ ਗਿਆ, ਐਂ ਹੋ ਗਈ ਗੱਲਬਾਤ, ਜਾਹ ਹੋ ਗਈ, ਡੱਕਾ ਮੈਂ ਫੇਸਬੁੱਕ ਤੋਂ ਨਹੀਂ ਭੱਜਿਆ, ਠੀਕ ਹੈ, ਇੱਥੇ ਹੈਗਾ ਗਾ ਮੈਂ ਆ ਫਿਰਦਾਂਗਾ। ਅਤੇ ਮੈਂ ਤੈਨੂੰ ਕੁੜੀ ਨੂੰ ਮੈਂ ਸਿੱਧਾ ਕਹਿਣਾ ਚਾਹੁੰਦਾ ਵੀ ਤੂੰ ਜੇ ਗਾਣਾ ਗਾਉਣਾ ਤਾਂ ਆ ਜਾ, ਤੇਰੇ ਜਿੰਨੇ ਵਾਅਦੇ ਆ ਉਹ ਮੈਂ ਪੂਰੇ ਕਰੂੰ, ਤੂੰ ਗਾਉਣ ਤਾਂ। ਤੂੰ ਕਹਿੰਦੀ ਮੈਨੂੰ ਬਿਗ ਬਾਸ 'ਚ ਭੇਜ, ਬਿਗ ਬਾਸ 'ਚ ਮੈਂ ਭੇਜੂ, ਐਂ ਕਰ ਮੈਨੂੰ ਅੰਨੇ ਹਜ਼ਾਰੇ ਵਾਂਗੂ ਜੰਤਰ ਮੰਤਰ 'ਚ ਦਿੱਲੀ ਧਰਨਾ ਲਾਉਣਾ, ਮਨਜ਼ੂਰ ਤੈਨੂੰ ਬਿਗ ਬਾਸ 'ਚ ਭੇਜੂ, ਤੂੰ ਗਾਉਣ ਤਾਂ ਆ ਸਹੀ, ਤੂੰ ਆ ਜਾ ਕਿਰਾਂ ਜਲਦੀ ਜਲਦੀ, ਮੈਂ ਗਾਣਾ ਗਾਉਣ ਨੂੰ ਤੇਰੇ ਨਾਲ ਤਿਆਰ ਹਾਂ, ਰਾਈਟਰ ਮੇਰੇ ਕੋਲ, ਮਿਊਜ਼ਿਕ ਡਾਇਰੈਕਟਰ ਸਾਰਾ ਕੁਛ ਹੈਗਾ ਗਾ, ਠੀਕ ਆ। ਤੂੰ ਰੋਜ਼ ਕਹਿ ਦਿੰਦੀ ਆ ਮੱਸੀ ਵਾਲਾ ਇਹ ਆਏ ਆ ਜਾ, ਤੂੰ ਫਿਰ ਕਹਿ ਦਿੰਦੀ ਆ ਵੀ ਮੈਨੂੰ ਇਹ ਐਂ ਕਹੀ ਜਾਂਦਾ ਵੀ ਆ ਜਾ ਮੋਟਰ 'ਤੇ, ਵੀ ਮੋਟਰ 'ਤੇ ਕਿਹੜਾ ਤੇਰਾ ਸਟੂਡੀਓ ਲਾਇਆ, ਉਹ ਬੀਬਾ ਮੇਰੀ ਗੱਲ ਸੁਣ ਲਾ, ਜਦੋਂ ਮੈਂ ਰਹਿੰਦੀ ਮੋਟਰ 'ਤੇ, ਮੋਟਰ 'ਤੇ ਕੰਮ ਧੰਦੇ ਆ ਸਾਡੇ, ਹੋਰ ਕੀ ਕਰੀਏ, ਅਤੇ ਮੇਰੇ ਕੋਲ ਇੰਨੇ ਰੁਪਈਏ ਵੀ ਹੈ ਨਹੀਂ, ਮੈਂ ਤੈਨੂੰ ਹੋਟਲ 'ਚ ਲੈ ਜਾਂ ਕੁਛ ਹੋਰ ਕਰ ਲਾਂ, ਜਾਂ ਤੈਨੂੰ ਮੈਂ ਸਟੂਡੀਓ 'ਚ ਲੈ ਜਾਂ, ਠੀਕ ਹੈ। ਗੱਲ ਤਾਂ ਇਹ ਆ, ਮੈਂ ਕੁੜੀ ਨੂੰ ਕਹਿਣਾ ਚਾਹੁੰਦਾ ਵੀ ਤੂੰ ਆ ਜਾ, ਤੇਰੇ ਨਾਲ ਮੈਂ ਗਾਣਾ ਤਿਆਰ ਕਰਨ ਨੂੰ ਤਿਆਰ ਹਾਂ, ਬਿਗ ਬਾਸ 'ਚ ਵੀ ਭੇਜੂ, ਸਾਰਾ ਕੁਛ ਕਰੂੰ, ਰਾਈਟਰ ਮਿਊਜ਼ਿਕ ਡਾਇਰੈਕਟਰ ਸਾਰਾ ਕੁਛ ਹੈਗਾ ਗਾ, ਅਤੇ ਕੋਈ ਲੋੜ ਨਹੀਂ ਨਾ ਮੋਟਰ ਮਾਟਰ ਦੇ, ਨਾ ਕੋਈ ਚੱਕਰ ਨਹੀਂ, ਆਪਾਂ ਸਟੂਡੀਓ 'ਚ ਕਰ ਲਾਂਗੇ ਗਾਣਾ, ਕੋਈ ਕੋਈ ਗੱਲ ਨਹੀਂ। ਇਹਦਾ ਮੋਟਰ ਤਾਂ ਮੈਂ ਕਹਿੰਦਾ ਵੀ ਸਾਡਾ ਜਦੋਂ ਜੱਟਾਂ ਦਾ ਖੇਤੀਬਾੜੀ ਧੰਦਾ ਸੀ ਮੋਟਰ 'ਤੇ ਹੀ ਰਹਿੰਦੇ ਹਾਂ, ਘਰੇ ਤਾਂ ਮੈਨੂੰ ਮੇਰਾ ਤਾਇਆ ਨਹੀਂ ਵੜ ਦਿੰਦਾ, ਅੱਧੀ ਰਾਤ ਕੰਧ ਟੱਪ ਕੇ ਬੜੀ ਦਾ, ਕਈ ਵਾਰ ਘਰੇ ਮੈਨੂੰ ਕੌਣ ਬਣ ਦਿੰਦਾ, ਕਹਿੰਦੇ ਤੂੰ ਵਿਹਲਾਂਗਾ ਕੰਮ ਧੰਦਾ ਕਰ ਲਾ, ਠੀਕ ਆ। ਅਤੇ ਇਹ ਕੁੜੀ ਮੈਨੂੰ ਕਿਤੇ ਕਹਿੰਦੇ ਤੂੰ ਮੱਸੀ ਵਾਲਾ, ਕਿਤੇ ਕਹਿੰਦੇ ਆ ਫੇਸਬੁੱਕ ਤੋਂ ਉੱਡ ਗਿਆ, ਕਿਤੇ ਕੁਛ ਕਹਿੰਦੇ ਆ, ਕਿਤੇ ਕੁਛ ਕਹਿ ਦਿੰਦੀ ਆ। ਇਹ ਕੁੜੀ ਨੂੰ ਮੈਂ ਸਿੱਧਾ ਕਹਿਣਾ ਚਾਹੁੰਦਾ, ਕੈਨੇਡਾ ਵਾਲੀ ਸਰੀਆਂ ਵਾਲੀ ਜਿਹੜੀ ਸੈਮੀ ਧਾਲੀਵਾਲ ਆ, ਇਹਨੂੰ ਮੈਂ ਸਿੱਧਾ ਕਹਿਣਾ ਗਾ ਵੀ ਭਾਈ ਜੇ ਤਾਂ ਤੂੰ ਗਾਣਾ ਗਾਉਣਾ ਗਾ ਤਾਂ ਫਿਰ ਤਾਂ ਆ ਜਾ, ਅਤੇ ਤੂੰ ਚੁੱਪ ਕਰਕੇ ਆ ਜਾ, ਠੀਕ ਹੈ, ਆਪਾਂ ਗਾਣਾ ਰਿਕਾਰਡ ਕਰਾਂਗੇ, ਸਾਰਾ ਕੁਛ ਕਰਾਂਗੇ, ਐਂ ਕੋਈ ਫਾਇਦਾ ਨਹੀਂ ਗਾ। ਜੇ ਤੇਰੀਆਂ ਮੈਂ ਸ਼ਰਤਾਂ 'ਤੇ ਨਾ ਖਰਾ ਉਤਰਿਆ ਤਾਂ ਕਹਿ ਨਹੀਂ, ਬਿਗ ਬਾਸ 'ਚ ਵੀ ਭੇਜੂ, ਗਾਣੇ ਵੀ ਦਵਾਊ, ਸਟੂਡੀਓ 'ਚ ਵੀ ਲੈ ਕੇ ਜਾਊ, ਸਾਰਾ ਕੁਛ ਕਰੂੰ, ਠੀਕ ਆ। ਗੱਲ ਇਹ ਨਿਬੜਦੀ ਆ ਵੀ ਤੂੰ ਜਾਂ ਤਾਂ ਆ ਜਾ, ਨਹੀਂ ਐਂ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ, ਤੂੰ ਮੈਨੂੰ ਕਹਿੰਦੀ ਕਹਿੰਦੀ ਤੂੰ ਝੋਨਾ ਸਾਂਭ ਲਾ, ਠੀਕ ਆ। ਇਹ ਕੁੜੀ ਕਹਿੰਦੀ ਮੈਂ ਝੋਨਾ ਵੀ ਵੱਢਤਾ, ਸਾਰਾ ਕੁਛ ਕਰਤਾ, ਚੱਲ ਮੈਂ ਪਹਿਲਾਂ, ਤੂੰ ਕਹਿੰਦੀ ਵੀ ਮੈਂ ਲਾਈਵ ਨਹੀਂ ਹੋਇਆ, ਮੈਂ ਇਹਨੂੰ ਫੇਸਬੁੱਕ ਤੋਂ ਭਜਾਤਾ, ਮੈਂ ਐਂ ਕਰਤਾ ਜਾ ਕਰਤਾ, ਆ ਆ ਗਿਆ, ਮੈਂ ਤਾਂ ਫੇਸਬੁੱਕ ਦੀਆਂ ਲਾਈਵ ਹੋ ਤਾਂ ਗਿਆ, ਹੁਣ ਝੋਨਾ ਝੋਨਾ ਦਾ ਸਾਹਮਣਾ, ਰੁੱਤ ਤਾਂ ਦੇਖ ਲਾ ਕਿਹੜੀ ਚੱਲਦੀ ਆ, ਰੁੱਤ ਜੱਟਾਂ ਦੀ ਇਹ ਚੱਲਦੀ ਆ, ਸਿਰ ਖੁਰਕਣ ਦੀ ਵਿਹਲ ਨਹੀਂ, ਇਹ ਰੁੱਤ ਆ, ਠੀਕ ਆ। ਉਹਦੇ ਝੋਨੇ ਕੱਪੇ ਦੇ ਹੋਰ ਕੰਮ ਵੀ ਕਰਨੇ ਘਰ ਦੇ, ਇਹ ਕੁੜੀ ਤਾਂ ਹੁਣ ਕੈਨੇਡਾ 'ਚ ਬੈਠੀ ਆ, ਆਪਦਾ ਚੰਗਾ ਵਧੀਆ ਐਸ ਦੀ ਜ਼ਿੰਦਗੀ ਬਤੀਤ ਕਰ ਰਹੀ ਆ, ਵਧੀਆ ਮੁਲਕ 'ਚ ਬੈਠੀ ਆ, ਇੱਧਰੋਂ ਵੀਡੀਓ ਪਾਈ ਜਾਂਦੀ ਆ ਮੇਰੇ 'ਤੇ ਜਾਂ ਮੈਨੂੰ ਫੋਨ ਤਾਂ ਕਰ ਲੇ, ਫੋਨ ਕਰ ਲੇ ਮੈਨੂੰ, ਠੀਕ ਹੈ। ਵੀਡੀਓ ਪਾਉਣ ਦਾ ਕੀ ਫਾਇਦਾ, ਮੈਂ ਪਾਈ ਜਾਂਦਾ, ਤੂੰ ਪਾਈ ਜਾਂਦਾ, ਗੱਲ ਤਾਂ ਵੀ ਤੂੰ ਮੈਨੂੰ ਫੋਨ ਕਰ, ਇਹਨੂੰ ਸੈਮੀ ਧਾਲੀਵਾਲ ਨੂੰ ਕਹਿੰਦਾ ਵੀ ਤੂੰ ਫੋਨ ਕਰ, ਹੁਣ ਤੇਰੀ ਹਿੰਡ ਇਹੀ ਆ ਵੀ ਮੈਂ ਤੇਰੇ ਨਾਲ ਗਾਣਾ ਕਰਨਾ, ਲੈ ਮੈਂ ਗਾਣਾ ਤੇਰੇ ਨਾਲ ਕਰਨ ਨੂੰ ਤਿਆਰ ਹਾਂ, ਆ ਜਾ, ਠੀਕ ਆ। ਹੁਣ ਬਾਈ ਗੱਲ, ਮੈਂ ਤੁਹਾਨੂੰ ਇੱਕ ਗੱਲ ਹੋਰ ਗੱਲ ਕਹਿਣੀ ਚਾਹੁੰਦਾ ਗਾ, ਜਦੋਂ ਤੁਸੀਂ ਹੁਣ ਕਹਿੰਦੇ ਵੀ ਤੂੰ ਬੋਲਦਾਂਗਾ, ਮੈਂ ਬਾਈ ਪਹਿਲੀ ਗੱਲ ਤਾਂ ਮੈਂ ਦੁਬਾਰੇ, ਹਾਂ ਮੈਨੂੰ ਲੋਕ ਰੋਜ਼ ਹੀ ਕਹਿੰਦੇ ਵੀ ਤੂੰ ਮਸ਼ਹੂਰ ਹੋਣ ਲਈ ਬੋਲਦਾ, ਮਸ਼ਹੂਰ ਤਾਂ ਪਤੰਦਰਾਂ ਪਹਿਲੀ ਬਹੁਤ ਕਰਤਾ ਤੁਸੀਂ, ਕਮਾਲ ਆ ਯਾਰ, ਸਿਨੇਮਾ 'ਚ ਤੁਸੀਂ ਮੈਨੂੰ ਵਾੜਤਾ, ਪੰਜਾਬ ਦਾ ਬੱਚਾ ਬੱਚਾ ਜਾਣਦਾ, ਕੈਨੇਡਾ ਅਮਰੀਕਾ ਇੰਗਲੈਂਡ ਸਾਰਾ ਮੁਲਕ ਮੈਨੂੰ ਜਾਣਦਾ ਯਾਰ, ਮਸ਼ਹੂਰ ਤਾਂ ਤੁਸੀਂ ਮੈਨੂੰ ਇੰਨਾ ਜ਼ਿਆਦਾ ਕਰਤਾ, ਮੈਂ ਨਾ ਮੈਨੂੰ ਕੋਈ ਫੇਸਬੁੱਕ ਪੈਸੇ ਦਿੰਦੀ ਆ, ਮਸ਼ਹੂਰ ਹੋਣ ਦਾ ਮਾਰਾ ਥੋੜ੍ਹਾ ਬੋਲਦਾ ਯਾਰ, ਮੈਂ ਮਸ਼ਹੂਰ ਬਹੁਤ ਤੁਸੀਂ ਕਰਤਾ, ਠੀਕ ਆ। ਅਤੇ ਬਾਕੀ ਤੁਹਾਨੂੰ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਗਾ, ਅਤੇ ਮੈਂ ਤਾਂ ਹੁਣ ਯਾਰ ਸੱਚਾਈ ਦੇ ਮੁੱਦੇ ਦਾ ਹੁਣ ਚੱਕਣੀ ਆ, ਫਿਰ ਤੁਸੀਂ ਕਹਿੰਦੇ ਵੀ ਤੂੰ ਕੁੜੀ 'ਤੇ ਬੋਲਦਾ, ਮੈਂ ਕੁੜੀ 'ਤੇ ਤਾਂ ਬੋਲਦਾ ਯਾਰ, ਜਦੋਂ ਹੁਣ ਕੋਈ ਤੁਹਾਡੇ ਗਵਾਂਢੀ ਆ ਕੇ ਤੁਹਾਡੇ ਬਾਰ 'ਚ ਟੰਬੇ ਮਾਰੀ ਜਾਂਦਾ, ਤੁਹਾਨੂੰ ਤਪਾਈ ਜਾਂਦਾ, ਤੁਸੀਂ ਬੋਲੋਗੇ। ਮੈਂ ਹੁਣ ਇਹ ਕੁੜੀ ਨੂੰ ਕਹਿਣਾ ਚਾਹੁੰਦਾ ਵੀ ਜੇ ਤਾਂ ਤੂੰ ਗਾਣਾ ਕਰਨਾ
ਜੇ ਤਾਂ ਕੁੜੀ ਨੂੰ ਮੈਂ ਇਹ ਕਹਿਣਾ ਸੈਮੀ ਧਾਲੀਵਾਲ ਨੂੰ, ਜੇ ਤਾਂ ਗਾਣਾ ਕਰਨਾ ਤਾਂ ਆ ਜਾ ਪੰਜਾਬ, ਸਾਰਾ ਕੰਮ ਸੈੱਟ ਆ, ਮਿਊਜ਼ਿਕ ਡਾਇਰੈਕਟਰ, ਵੀਡੀਓ ਡਾਇਰੈਕਟਰ ਸਾਰਾ ਕੁਛ ਮੇਰੇ ਕੋਲ ਹੈਗਾ, ਸਾਰਾ ਸਹੀ ਆ ਕੰਮ। ਅਤੇ ਇੱਕ ਗੱਲ ਹੋਰ ਆ, ਖਰਚਾ ਤੈਨੂੰ ਹੀ ਕਰਨਾ ਪਊ। ਤੂੰ ਕਹਿੰਦੀ ਸੀ ਮੈਂ 10 ਲੱਖ ਲਾ ਦੂੰ, ਖਰਚਾ ਤੈਨੂੰ ਹੀ ਕਰਨਾ ਪਊਗਾ, ਕਿਉਂਕਿ ਝੋਨੇ 'ਚ ਕੁਛ ਨਹੀਂ ਬਚਿਆ, ਝੋਨਾ ਤਾਂ ਤੁਹਾਨੂੰ ਪਤਾ ਆੜਤੀ 'ਚ ਹੀ ਰਹਿ ਜਾਂਦਾ ਗਾ, ਖਰਚਾ ਤੈਨੂੰ ਕਰਨਾ ਪਊ। ਆ ਜਾ ਆਪਾਂ ਗਾਣਾ ਕਰ ਲੈਂਦੇ ਹਾਂ, ਅਤੇ ਜੇ ਤੈਨੂੰ ਲੱਗਦਾ ਵੀ ਤੂੰ ਨਹੀਂ ਖਰਚਾ ਕਰਨਾ, ਫਿਰ ਮੇਰੇ ਜਿਹੜੇ ਮਿੱਤਰ ਪਿਆਰੇ ਆ, ਮਿਊਜ਼ਿਕ ਡਾਇਰੈਕਟਰ ਆ, ਹੋਰ ਆ, ਸਾਰੇ ਬੇਸ਼ੱਕ ਉਹ ਮਾੜੇ ਆ ਚੰਗੇ ਆ, ਫਿਰ ਮੈਂ ਉਹਨਾਂ ਤੋਂ ਤੇਰਾ ਫਰੀ ਕੰਮ ਕਰਾ ਦੂੰ, ਠੀਕ ਆ। ਆ ਜਾ ਮੇਰੇ ਨਾਲ ਗਾਣਾ ਗਾ, ਤੈਨੂੰ ਮੈਂ ਬਿੱਗ ਬੋਸ 'ਚ ਵੀ ਭੇਜੂ, ਸਾਰਾ ਕੁਛ ਕਰੂੰ, ਠੀਕ ਆ। ਹੁਣ ਵਿੱਚ ਕਹਿੰਦੇ ਆ ਤੂੰ ਪਬਲਿਸਿਟੀ ਲਈ ਬੋਲਦਾ, ਤੂੰ ਮਸ਼ਹੂਰ ਲਈ, ਮੈਂ ਤਾਂ 6 ਸਾਲ ਦਾ ਫੇਸਬੁੱਕ 'ਤੇ ਆ ਯਾਰ, ਅਤੇ ਮਸ਼ਹੂਰ ਤਾਂ ਤੁਸੀਂ ਮੈਨੂੰ ਇੰਨਾ ਕਰਤਾ, 2 ਵੱਡੀਆਂ ਫਿਲਮਾਂ 'ਚ ਆ ਗਿਆ, ਪਹਿਲਾਂ ਮੇਰੀ ਨਿੱਕਾ ਜਲਦਾ 3 ਆਈ ਆ, ਹੁਣ ਨਿੰਜੇ ਨਾਲ ਆਉਂਦੀ ਆ ਜ਼ਿੰਦਗੀ ਜ਼ਿੰਦਾਬਾਦ ਸਿਨੇਮਾ 'ਚ, ਤੁਸੀਂ ਮੈਨੂੰ ਵਾੜਤਾ, ਇੰਨਾ ਜ਼ਿਆਦਾ ਮੈਨੂੰ ਤੁਸੀਂ ਮਸ਼ਹੂਰ ਕਰਤਾ, ਅਤੇ ਮੈਨੂੰ ਕੀ ਲੋੜ ਆ। ਮੈਂ ਤਾਂ ਯਾਰ ਊਂ ਵੀਡੀਓ ਪਾਤੀ ਸੀ ਵੀ ਭਾਈ ਮੈਂ ਦਗਾਣਾ ਕਰਨਾ ਚਾਹੁੰਦਾ, ਮੇਰੇ ਨਾਲ ਕੁੜੀ ਸੰਪਰਕ ਕਰੇ, ਪਾਵਲ ਸਿਟੀ ਲਈ ਕੀ ਲੈ ਹੁੰਦਾ ਯਾਰ, ਮੈਂ ਪਹਿਲੀ ਬਹੁਤ ਮਸ਼ਹੂਰ ਆ, ਕਹੀ ਤਾਂ ਜਾਂਦਾ ਮੈਨੂੰ ਤੁਸੀਂ ਫਿਲਮਾਂ 'ਚ ਵਾੜਤਾ, ਇੰਨਾ ਮਸ਼ਹੂਰ ਕਰਤਾ। ਉਹ ਬਾਈ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਤੁਹਾਡੇ ਪੈਰੀ ਹੱਥ ਲਾ ਦਿੰਦਾ, ਮਸ਼ਹੂਰੀ ਲਈ ਕਿਉਂ ਬੋਲੂੰ ਯਾਰ, ਨਾ ਮੈਨੂੰ ਕੋਈ ਫੇਸਬੁੱਕ ਪੈਸੇ ਦਿੰਦੇ ਆ, ਮੈਂ ਪੈਰੀ ਹੱਥ ਲਾਉਣ ਨੂੰ ਤਿਆਰ ਹਾਂ ਯਾਰ, ਕਿਉਂ ਕੀ ਗੱਲਾਂ ਕਰੀਆਂ ਨੇ ਨਾ, 6 ਸਾਲਾਂ ਦਾ ਮੈਂ ਫੇਸਬੁੱਕ 'ਤੇ ਹਾਂ। ਉਹ ਕੁੜੀ ਪਾਈ ਜਾਂਦੀ ਆ ਪੋਸਟਾਂ ਵੀ ਤੁਰਨਾ ਵਾ ਫੇਸਬੁੱਕ ਤੋਂ ਉੱਡ ਗਿਆ ਲਾ, ਆਹ ਫਿਰਦਾ ਮੈਂ ਤਾਂ, ਉਹ ਮੈਂ ਤਾਂ ਊਂ ਵੀਡੀਓ ਪਾਤੀ ਸੀ ਪਨੰਦਰੋਂ ਵੀ ਮੈਂ ਗਾਣਾ ਕਰਨਾ, ਮੈਨੂੰ ਕੁੜੀ ਦਗਾਣੇ ਵਾਲੀ ਚਾਹੀਦੀ ਆ, ਵੀ ਚੱਲ ਮੂਹਰੇ ਸੀਜ਼ਨ ਆਉਂਦਾ ਦਗਾਣਾ ਕਰ ਲਾਂਗੇ, ਪਰ ਉਹ ਕੁੜੀ ਦਾ ਕਿੰਨਾ ਕੁਛ ਕਹੀ ਨੇ ਮੈਨੂੰ, ਮੱਸੀ ਵਾਲਾ ਕਹੀ ਜਾਂਦੀ ਆ ਮੈਨੂੰ, ਕਹਿੰਦੀ ਤੇਰੀ ਮੋਟਰ 'ਤੇ ਸਟੂਡੀਓ ਖੋਲਿਆ, ਮੇਰਾ ਐਂ ਖੋਲਿਆ, ਬਹੁਤ ਕੋਈ ਬੋਲੀ ਤੁਰੀ ਜਾਂਦੀ ਆ ਯਾਰ। ਮੈਂ ਤਾਂ ਉਹਨੂੰ ਐਂ ਕਹਿਣਾ ਗਾ ਵੀ ਬੀਬਾ ਹੱਥ ਬਣਾ ਲਾ, ਬੀਬਾ ਹੱਥ ਬਣਾ ਲਾ, ਮੈਂ ਤੈਨੂੰ ਕੁਛ ਨਹੀਂ ਕਹਿਣਾ ਚਾਹੁੰਦਾ, ਜੇ ਤੂੰ ਗਾਣਾ ਕਰਨਾ ਤਾਂ ਆ ਜਾ, ਕਿਉਂਕਿ ਮੈਂ ਕਦੇ ਨਹੀਂ ਯਾਰ ਸੋਚਦਾ ਵੀ ਆਪਾਂ ਕਿਸੇ ਕੁੜੀ ਨੂੰ ਗਲਤ ਬੋਲੀਏ ਜਾਂ ਕੁਛ ਹੋਰ ਕਰੀਏ, ਕਿਉਂਕਿ ਮੈਂ ਇਹ ਕੁੜੀ ਨੂੰ ਪਿਆਰ ਨਾਲ ਹੀ ਸਮਝਾਉਣਾ ਚਾਹੁੰਦਾ ਵੀ ਹੱਥ ਬਣਾ ਲਾ, ਜੇ ਤਾਂ ਤੂੰ ਗਾਣਾ ਗਾਉਣਾ ਫਿਰ ਤਾਂ ਪੰਜਾਬ ਆ ਜਾ, ਸਾਰਾ ਕੁਛ ਤਿਆਰ ਆ, ਸਟੂਡੀਓ ਵੀ ਤਿਆਰ ਆ, ਸਭ ਕੁਛ ਤਿਆਰ ਆ, ਹੱਥ ਬਣਾ ਲਾ, ਤੂੰ ਆ ਜਾ ਪੰਜਾਬ, ਤੇਰੇ ਨਾਲ ਮੈਂ ਗਾਣਾ ਗਾ ਦੂੰ, ਤੈਨੂੰ ਮੈਂ ਬਿੱਗ ਬੋਸ 'ਚ ਵੀ ਭੇਜ ਦੂੰ, ਬੇਸ਼ੱਕ 90,000 ਆ ਜਿੱਥੇ ਬੈਠੇ ਨਾ ਜੰਤਰ ਮੰਤਰ 'ਚ, ਉੱਥੇ ਤੇਰੇ ਲਈ ਮੈਂ ਧਰਨਾ ਲਾ ਦੂੰਗਾ ਵੀ ਸੈਮੀ ਧਾਲੀਵਾਲ ਨੂੰ ਬਿੱਗ ਬੋਸ 'ਚ ਭੇਜੋ। ਮੈਨੂੰ ਮੇਰੀ ਗੱਲ ਸੁਣ ਲਾ, ਮਸ਼ਹੂਰ ਤੁਸੀਂ ਬਹੁਤ ਜ਼ਿਆਦਾ ਕੀਤਾ, ਮੈਨੂੰ ਫਿਲਮਾਂ 'ਚ ਵਾੜਤਾ, ਵੱਡੇ ਸਿਨੇਮੇ 'ਚ ਭੇਜਤਾ, ਠੀਕ ਹੈ, ਨਾ ਮੈਨੂੰ ਫੇਸਬੁੱਕ ਤੋਂ ਪੈਸੇ ਮਿਲਦੇ ਆ, ਮੈਂ ਤਾਂ ਯਾਰ ਊਂ ਵੀਡੀਓ ਪਾਤੀ, ਤੁਸੀਂ ਆਮ ਲੋਕ ਵੀਡੀਓ ਨਹੀਂ ਪਾਉਂਦੇ, ਮੈਂ ਤਾਂ ਊਂ ਵੀਡੀਓ ਪਾਤੀ ਯਾਰ ਵੀ ਮੈਂ ਹੁਣ ਸੀਜ਼ਨ ਆ ਗਿਆ ਦਗਾਣਾ ਕਰਨਾ। ਪਹਿਲਾਂ ਮੇਰੇ 5 ਸੀ ਗਾਣੇ ਆਏ ਵੇ, ਇੱਕ ਮੇਰਾ ਅਰਨੀਤ ਨਾਲ ਆਇਆ ਸੀਗਾ, ਬੀਤ ਬਲਜੀਤ ਨਾਲ ਆਇਆ ਸੀ, ਸਾਰਿਆਂ ਨਾਲ ਮੇਰੇ ਗਾਣੇ ਆਏ ਵੇ, ਵੱਡੇ ਰਾਈਟਰਾਂ ਨਾਲ, ਵੱਡੇ ਮਿਊਜ਼ਿਕ ਡਾਇਰੈਕਟਰਾਂ ਨਾਲ, ਮੈਨੂੰ ਆਇਆ ਸੀ ਵੀ ਚੱਲ ਹੁਣ ਦਗਾਣਾ ਕਰਦੇ ਹਾਂ ਵੀ ਚਲੋ ਸੀਜ਼ਨ ਆ ਗਿਆ ਹੈ ਨਾ, ਅਤੇ ਮੈਂ ਤਾਂ ਊਂ ਵੀਡੀਓ ਪਾਤੀ, ਇਹ ਕੁੜੀ ਮੈਨੂੰ ਸਿੱਧੀ ਪੈ ਗਈ, ਟੁੱਟ ਗਈ ਯਾਰ, ਹੁਣ ਮੈਂ ਦੱਸੂ ਕੀ ਕਰਾਂ, ਮੈਂ ਤਾਂ ਹੁਣ ਇਹਨੂੰ ਬੀਬਾ ਹੱਥ ਜੋੜਦਾ ਤੇਰੇ ਮੂਹਰੇ, ਕੋਈ ਮੈਂ ਲੜਨਾ ਨਹੀਂ ਚਾਹੁੰਦਾ, ਤੂੰ ਪੰਜਾਬ ਆ ਜਾ, ਆਪਾਂ ਗਾਣਾ ਕਰਦੇ ਹਾਂ ਦਗਾਣਾ, ਅਤੇ ਤੈਨੂੰ ਮੈਂ ਬਿੱਗ ਬੋਸ 'ਚ ਵੀ ਭੇਜੂ, ਸਾਰਾ ਕੁਛ ਕਰੂੰ।